ਐਸੇ ਕਰਕੇ ਜਿੰਦਰ ਲਾਉਣੇ ਹੈ, ਇਹ ਬਹਾਨਾ ਲੱਭ ਕੇ ਭੱਜਣਗੇ ਹੁਣ, ਭੱਜਣਗੇ ਹੁਣ। ਮੈਂ ਇਹ ਤਵੱਕੋ ਕਰਦਾ ਕਿ ਜਿਹੜਾ ਵਿਪਕਸ਼ ਹੈ ਉਹ ਵੀ ਜਿੰਮੇਵਾਰੀ ਨਾਲ, ਕਿਉਂਕਿ ਇੱਥੇ ਸੁਣਨ ਲਈ ਬਹਿਸ ਕਰਨੀ ਭੇਜਿਆ ਗਿਆ, ਉਹ ਇੱਥੇ ਬਹਿ ਕੇ ਸੁਣਨਗੇ। ਮੈਂ ਤਵੱਕੋ ਕਰਾਂ ਜੀ ਮੁੱਖ ਮੰਤਰੀ ਸਾਹਿਬ, ਜਦੋਂ ਇੱਕ ਜੀ ਮੁੱਖ ਮੰਤਰੀ ਸਾਹਿਬ ਸਰ ਮੈਂ ਇੱਕ ਹੋਰ ਦੇਵਾਂ, ਇੱਕ ਹੋਰ ਦੇ ਦੇਣਾ, ਇਹਨੇ ਜੀਭ ਤੇ ਲਾ ਦੋ, ਬੋਲਣੀ ਦਿੰਦੇ ਕਿਸੇ ਨੂੰ, ਬੋਲਣੀ ਨਹੀਂ ਦਿੰਦੇ ਕਿਸੇ ਨੂੰ। ਮੇਰਾ ਮੇਰੀ ਵਾਰੀ ਹੈ, ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ, ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ। ਹਾਂ ਤਰੀਕਾ ਤੁਸੀਂ ਇੱਥੇ ਠੀਕ ਆਉਣਾ, ਤੁਸੀਂ ਇੱਥੇ ਠੀਕ ਆਉਣਾ। ਮੁੱਖ ਮੰਤਰੀ ਸਾਹਿਬ ਨੂੰ ਬੋਲੋ, ਉਹ ਕਸਟੋਡੀਅਨ ਆਫ ਦਾ ਹਾਊਸ ਨੇ। ਚਲੋ ਫਿਰ ਤੁਸੀਂ ਬੈਠੋ ਜੀ, ਸਪੀਕਰ ਸਾਹਿਬ ਤੁਸੀਂ ਬੈਠੋ, ਉਹਨਾਂ ਦੀ ਗੱਲ ਆ ਗਈ ਹੈ, ਇਹ ਆਪਦੀ ਗੱਲ ਕਹਿ ਕੇ ਭੱਜ। ਇਹ ਮੁੱਖ ਮੰਤਰੀ ਸਾਹਿਬ ਬੋਲੋ, ਇੱਕ ਬੋਲੋ ਜੀ, ਤੇ ਉਹੀ ਗੋਲੀਆਂ ਤਾਂ ਡੇਢ ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ, ਡੇਢ ਸਾਲ ਉਦੋਂ ਵੀ ਚੱਲੀਆਂ ਸੀ, ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ, ਤੜਕਾ ਲਾਉਂਦੇ ਸੀ ਕੈਪਟਨ ਦੇ ਘਰੇ ਜਾ ਕੇ, ਮੀਟ ਨੂੰ ਤੜਕਾ ਲਾਉਂਦੇ ਸੀ, ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ, ਕਦੇ ਉਦੋਂ ਡੇਢ ਸਾਲ 726 ਮਰਵਾ ਤੇ, ਕਦੇ ਸ਼ਰਧਾਂਜਲੀ ਦਵਾਈ, ਕਦੇ ਸ਼ਰਧਾਂਜਲੀ ਦਵਾਈ 726 ਨੂੰ। ਹੁਣ ਇਹਨਾਂ ਨੂੰ ਪਿਆਰ ਆ ਗਿਆ, ਹੁਣ ਸੀਐਮ ਸਾਹਿਬ ਚੇਅਰ ਨੂੰ ਅਡਰੈਸ ਕਰਨਗੇ, ਚੇਅਰ ਨੂੰ ਬੈਠੋ ਜੀ, ਬਾਜਵਾ ਸਾਹਿਬ ਬੈਠੋ, ਬੈਠੋ, ਚਲੋ ਚਲੋ ਜਿੰਦਾ ਰਹੋ ਸਰ। ਮਾਰਸ਼ਲ ਇਹ ਭੱਜਣਗੇ, ਇਹ ਭੱਜਣਗੇ, ਹੁਣ ਭੱਜਣਗੇ, ਇਹ ਭੱਜਣਗੇ, ਹੁਣ ਤੁਸੀਂ ਭੱਜੋ, ਬੈਠੋ ਬੈਠੋ ਬੈਠੋ, ਬੈਠਾ ਜੀ ਬੈਠੋ 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 ਜੀ, ਸੀਐਮ ਸਾਹਿਬ ਕੰਟੀਨਿਊ ਕਰੋ ਜੀ, ਉਹ ਪਤਾ ਲੱਗ ਜੂਗਾ, ਪਤਾ ਲੱਗ ਜੂ, ਉਹ ਸੋਨੇ ਦੇ ਬਿਸਕਟਾਂ ਲਿਓ, ਸੋਨੇ ਦੇ ਬਿਸਕਟਾਂ ਲਿਓ। ਚਲੋ ਗੱਲ ਕਰਦੇ ਆ, ਬੈਠੋ। ਹਾਂਜੀ ਤੁਸੀਂ ਭੱਜ ਜਾਂਦੇ ਹੋ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ, ਤੁਸੀਂ ਭੱਜ ਜਾਂਦੇ ਹੋ। ਇਸ ਤੋਂ ਪਹਿਲਾਂ ਕਿ ਮੈਂ ਕੁਛ ਬੋਲਾਂ, ਮੈਂ ਇੱਕ ਗਿਫਟ ਲੈ ਕੇ ਆਇਆ ਤੁਹਾਡੇ ਲਈ। ਸ਼ਾਇਦ ਭਾਰਤ ਦੀ ਰਾਜਨੀਤੀ ਦੇ ਵਿੱਚ ਇਹ ਪਹਿਲੀ ਵਾਰ ਹੋਊਗਾ ਕਿ ਇਸ ਤਰ੍ਹਾਂ ਦਾ ਗਿਫਟ ਕਿਸੇ ਹੈੱਡ ਆਫ ਦਾ ਹਾਊਸ ਵੱਲੋਂ ਹਾਊਸ ਦੇ ਵਿੱਚ ਸਪੀਕਰ ਨੂੰ ਪ੍ਰੈਜੈਂਟ ਕੀਤਾ ਗਿਆ ਹੋਊਗਾ। ਮੈਂ ਸੈਕਟਰੀ ਸਾਹਿਬ ਨੂੰ ਬੇਨਤੀ ਕਰੂੰਗਾ ਲੋਕਾਂ ਤੱਕ ਪਹੁੰਚਾਓ। ਸਪੀਕਰ ਸਾਹਿਬ ਤੱਕ ਪਹੁੰਚਾ ਲਓ ਪਲੀਜ਼। ਮੈਂ ਚਾਹੂੰਗਾ ਕਿ ਇਹਨੂੰ ਕੈਮਰੇ ਚੱਲ ਰਹੇ ਨੇ, ਪਬਲਿਕ ਦੇ ਸਾਹਮਣੇ ਖੋਲਿਆ ਜਾਵੇ। ਕੀ ਹੈ ਜੀ? ਇਹ ਤਾਂ ਲੌਕ ਹੈ ਜੀ, ਚਾਬੀਆਂ, ਇੱਕ ਤਾਲਾ, ਜਿੰਦਰਾ ਵੀ ਕਹਿ ਦਿੰਦੇ ਤਾਲਾ, ਜਿੰਦਾ ਜੀ, ਜਿੰਦਾ ਜਿੰਦਾ, ਨਾਲ ਚਾਬੀਆਂ ਜੀ, ਚਾਬੀਆਂ ਵੀ ਨੇ ਨਾਲ, ਤੁਸੀਂ ਕਸਟੋਡੀਅਨ ਹੋ, ਚਾਬੀਆਂ ਤੁਹਾਡੇ ਕੋਲ ਹੀ ਨੇ। ਇਹ ਕਾਹਦੇ ਵਾਸਤੇ ਜੀ? ਇਹ ਮੈਂ ਗਵਰਨਰ ਐਡਰੈਸ ਤੇ ਬੋਲੂੰਗਾ ਹੁਣ,
ਕਿਉਂਕਿ ਉਸ ਦਿਨ ਗਵਰਨਰ ਡਰੈਸ ਤੇ ਬੋਲਣ ਨਹੀਂ ਦਿੱਤਾ ਗਿਆ ਗਵਰਨਰ ਨੂੰ, ਕਿਉਂਕਿ ਉਹਦੇ ਵਿੱਚ ਸੱਚ ਲਿਖਿਆ ਹੋਇਆ ਸੀ, ਸੱਚ ਹੀ ਮੈਂ ਬੋਲੂੰਗਾ। ਤਾਂ ਮੇਰੇ ਸਾਹਮਣੇ ਬੈਠੇ ਮੇਰੇ ਵਿਪਕਸ਼ ਦੇ ਸਾਥੀਆਂ ਤੋਂ ਬਰਦਾਸ਼ਤ ਨਹੀਂ ਹੋਣਾ ਇਹ ਸੱਚ। ਉਹ ਫਿਰ ਕੀ ਕਰਨਗੇ, ਸੱਚ ਸੁਣਦੇ ਸੁਣਦੇ ਥੋੜੇ ਥੋੜੀ ਥੋੜੀ ਦੇਰ ਬਾਅਦ ਮੁਰਦਾਬਾਦ ਮੁਰਦਾਬਾਦ ਕਰਕੇ ਨਾ ਉਧਰ ਦੀ ਬਾਹਰ ਨੂੰ ਭੱਜਣਗੇ। ਮੈਂ ਚਾਹੁੰਦਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ, ਅੰਦਰ ਲਾ ਦਿੱਤਾ ਜਾਵੇ, ਤਾਂ ਕਿ ਵਿਪਕਸ਼ ਇੱਥੇ ਬੈਠਾ ਰਹੇ ਤੇ ਸੁਣੇ, ਉਹ ਭੱਜੇ ਨਾ। ਆਮ ਤੌਰ ਤੇ ਕੀ ਹੁੰਦਾ, ਇਲਜ਼ਾਮ ਲੱਗਦਾ ਸੱਤਾਧਾਰੀਆਂ ਤੇ ਕਿ ਵਿਰੋਧੀਆਂ ਨੂੰ ਚੱਕ ਕੇ ਬਾਹਰ ਮਾਰਦੇ ਆ। ਇਹ ਪਹਿਲੀ ਵਾਰ ਹੋ ਰਿਹਾ ਕਿ ਮੈਂ ਤੁਹਾਨੂੰ ਲੋਕ ਗਿਫਟ ਕਰ ਰਿਹਾ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਣਾ, ਇੱਥੇ ਬਹਿ ਕੇ ਸੁਣਨ ਉਹ ਸੱਚ, ਸੱਚ ਸੁਣਿਓ। ਇਹ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ। ਮੈਂ ਤੁਸੀਂ ਚੁੱਪ, ਤੁਸੀਂ ਫਿਕਰ ਨਾ ਕਰੋ, ਫਿਕਰ ਨਾ, ਇੱਕ ਮਿੰਟ ਬੈਠੋ ਬੈਠੋ।